ਸੋ ਵੇਖੋ ਸੰਗਤ ਦੇ ਵਿੱਚ ਕਿੰਨਾ ਉਤਸ਼ਾਹ ਹੈ। ਹਾਂਜੀ ਭਾਈ ਸਾਹਿਬ ਜੀ ਕਿਵੇਂ ਰਿਹਾ ਅੱਜ ਮਾਤ? ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਅੱਜ ਹੋ ਰਿਹਾ ਹੈ, ਇਹ ਅੱਜ ਸਤਿਗੁਰ ਜੀ ਦੀ ਕਿਰਪਾ ਦਾ ਸਦਕਾ ਹੀ ਹੁੰਦਾ ਪਿਆ। ਉਹ ਚਿਣਕ ਜਿਹੜੀ ਅੱਜ ਬਾਈ ਦੀਪ ਸਿੱਧੂ ਲਾ ਕੇ ਗਿਆ ਸੀ, ਉਹ ਪ੍ਰਫੁੱਲਤ ਹੁੰਦੀ ਹੋਈ ਅਤੇ ਬਹੁਤ ਉੱਚੀ ਸੁੱਚੀ ਇਹ ਕੌਮ ਜਿਹੜਾ ਸਰਕਾਰਾਂ ਨੇ ਕੰਮ ਕਰਨਾ ਸੀ ਉਹ ਸਰਕਾਰਾਂ ਨਹੀਂ ਕਰ ਸਕੀਆਂ। ਸਾਨੂੰ ਸਰਕਾਰਾਂ ਨੇ ਸਿਰਫ ਇੱਕ ਮੰਗਤੇ ਬਣਾ ਕੇ ਛੱਡਿਆ ਸੀ। ਅੱਜ ਸਹੀ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨ ਜੋਗੇ ਸਾਨੂੰ ਇਸ ਵਾਰਸ ਪੰਜਾਬ ਦੀ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੇ ਕਰ ਦਿੱਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਹੀ ਇਸ ਸਿੰਘ ਦੀ ਚੜ੍ਹਦੀ ਕਲਾ ਰਹੇ ਅਤੇ ਖਾਲਸਾ ਪੰਥ ਇਸ ਨੌਜਵਾਨ ਵੀਰ ਦਾ ਸਾਥ ਦੇਣ ਅਤੇ ਆਪਾਂ ਜੋ ਹਕੂਮਤਾਂ ਨੇ ਆਪਾਂ ਨੂੰ ਦੱਬ ਕੇ ਰੱਖਿਆ, ਹਕੂਮਤਾਂ ਦੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਆਪਾਂ ਗੱਲ ਕਰ ਸਕੀਏ।